ਬਾਪੂ ਪੁੱਤ ਸਮਝਦੇ ਨੇ, ਮਾਵਾਂ ਪੁੱਤ ਸਮਝਦੇ ਨੇ ਸਾਡਾ ਪੁੱਤ ਆ ਗਿਆ। ਮੈਂ ਇਹਨਾਂ ਦਾ ਹੀ ਕਿਹਦਾ ਪੁੱਤ ਆ, ਕਿਹਦਾ ਭਰਾ ਹੈ, ਮੈਂ ਇਹਨਾਂ ਦਾ ਹੀ ਭਾਨਾ। ਮੈਂ ਮੇਰਾ ਭੈਣਾਂ ਨਾਲ ਬਹੁਤ ਪਿਆਰ ਆ, ਹੈ ਨਾ, ਉਹਨਾਂ ਨੂੰ ਹੋ ਜਾਂਦਾ, ਪਰ ਉਹਨਾਂ ਨੂੰ ਮੈਂ ਇਹੀ ਦੱਸਦਾ ਰਿਹਾ ਕਿ ਤੁਸੀਂ ਕੋਈ ਨਾ, ਮੇਰੀ ਇੱਕ ਵਾਰ ਜੇਲ੍ਹ 'ਚੋਂ ਗੱਲ ਹੋਈ ਸੀ ਉਹਨਾਂ ਨਾਲ, ਇੱਕ ਵਾਰ ਗੱਲ ਹੋਈ ਸੀ ਅੰਦਰੋਂ, ਮੈਂ ਕਿਹਾ ਤੁਸੀਂ ਭਾਨੇ ਤੋਂ ਤੁਹਾਡੀਆਂ ਭੈਣਾਂ ਰੋਣ ਲੱਗ ਗਈਆਂ ਮੇਰੇ ਨਾਲ ਦੋਨੇ ਹੀ। ਅਸੀਂ ਕੌਣ ਆ ਅਸੀਂ ਪੰਜਾਬੀ? ਅਸੀਂ ਸਾਡੇ ਪੰਜਾਬੀਆਂ ਕਰਕੇ ਪੂਰਾ ਭਾਰਤ ਦੇਸ਼ ਵਸਦਾ। ਸ਼ੰਭੂ ਬਾਰਡਰ ਤੇ ਚਲਦੇ ਕਿਸਾਨ ਅੰਦੋਲਨ ਦੀ ਇੱਕ ਹੋਰ ਵੱਖਰੀ ਤਸਵੀਰ ਦੇਖਣ ਨੂੰ ਮਿਲੀ। ਜਦੋਂ ਇੱਥੋਂ ਗੁਜ਼ਰ ਰਹੇ ਸੀ ਤਾਂ ਸੈਂਕੜਿਆਂ ਦਾ ਇਕੱਠ ਆਪਣੇ ਮੋਬਾਈਲ ਫੋਨ ਦੀਆਂ ਸੈਲਫੀਆਂ ਆਨ ਕਰਕੇ ਭਾਨੇ ਸਿੱਧੂ ਦੇ ਨਾਲ ਤਸਵੀਰਾਂ ਖਿੱਚਦਾ ਹੋਇਆ ਦਿਖਾਈ ਦਿੱਤਾ। ਹਰ ਕੋਈ ਦੂਰੋਂ ਦੂਰੋਂ ਇੱਥੇ ਦੇਖਣ ਆ ਰਿਹਾ ਕਿ ਇੱਥੇ ਇਕੱਠ ਕਾਹਦਾ ਹੋਇਆ, ਤਾਂ ਪਤਾ ਲੱਗਿਆ ਕਿ ਭਾਨਾ ਇੱਥੇ ਆਇਆ ਹੋਇਆ। ਇੱਕ ਤਾਂ ਗੱਲ ਇਹ ਹੈ ਭੈਣੇ ਕਿ ਭਾਨਾ ਹੈ ਹੀ ਕੁਛ ਨਹੀਂ ਹੈਗਾ। ਭਾਨਾ ਇਹਨਾਂ ਦਾ ਕਿਸੇ ਦਾ ਵੱਡਾ ਭਰਾ ਹੈ, ਕਿਹਦਾ ਛੋਟਾ ਭਰਾ ਹੈ। ਇਹ ਭਾਨੇ ਨੂੰ ਆਪਦਾ ਭਰਾ ਸਮਝਦੇ ਨੇਗੇ, ਬਾਪੂ ਪੁੱਤ ਸਮਝਦੇ ਨੇ, ਮਾਵਾਂ ਪੁੱਤ ਸਮਝਦੇ ਨੇ ਵੀ ਸਾਡਾ ਪੁੱਤ ਆ ਗਿਆ। ਮੈਂ ਇਹਨਾਂ ਦਾ ਹੀ ਕਿਹਦਾ ਪੁੱਤ ਆ, ਕਿਹਦਾ ਭਰਾ ਹੈ, ਮੈਂ ਇਹਨਾਂ ਦਾ ਹੀ ਭਾਨਾ। ਮੈਂ ਇਸ ਕਰਕੇ ਜਿਹੜੀ ਗੱਲ ਇਹ ਆ ਕਿ ਇੱਥੇ ਅਸੀਂ, ਮੈਂ ਕਿਸੇ ਲਈ ਨਹੀਂ ਆਇਆ, ਮੈਂ ਆਪਣੇ ਲਈ ਆਇਆ। ਕਿਸਾਨੀ ਦਾ ਝੰਡਾ ਮੇਰੇ ਤੋਂ ਸਾਲਾਂ ਦੇ ਹੱਥ ਦੇ ਵਿੱਚ ਆ, ਮਜ਼ਦੂਰੀ ਦਾ ਝੰਡਾ ਮੈਂ ਆਪਣੇ ਲੋਕਾਂ ਲਈ। ਕੋਈ ਲੜਾਈ ਅਸੀਂ, ਇਹ ਸਾਡੀ ਕੋਈ ਪਹਿਲੀ ਲੜਾਈ ਨਹੀਂ ਹੈਗੀ। ਮੈਂ ਗਿਣਵੇਂ ਚੁਣਵੇਂ ਵਾਰੀ ਭੈਣੇ, ਜਿਹੜਾ ਸਾਡਾ ਅੰਦੋਲਨ ਪਹਿਲਾਂ ਚੱਲਿਆ, ਮੈਂ ਗਿਣਵੇਂ ਚੁਣਵੇਂ ਵਾਰੀ ਪਿੰਡ ਗਿਆ ਸੀਗਾ, ਜਿਹੜਾ ਜਿੰਨਾ ਟਾਈਮ ਅੰਦੋਲਨ ਚੱਲਿਆ। ਤੁਸੀਂ ਮੈਨੂੰ ਪੰਜਾਬ ਦੇ ਪਾਣੀਆਂ ਲਈ ਲੜਦਿਆਂ ਦੇਖਿਆ ਹੋਣਾ ਨਹਿਰਾਂ ਤੇ, ਤੁਸੀਂ ਮੈਨੂੰ ਕੌਮੀ ਇਨਸਾਫ ਮੋਰਚੇ 'ਚ ਵੀ ਦੇਖਿਆ ਹੋਣਾ, ਤੁਸੀਂ ਮੈਨੂੰ ਆਪਣੀ ਪੰਜਾਬੀ ਬੋਲੀ ਲਈ ਪਰਚੇ ਪਏ ਨੇ ਉਹਦੇ ਲਈ ਵੀ ਲੜਦਾ ਦੇਖਿਆ ਹੋਣਾ, ਤੁਸੀਂ ਮੈਨੂੰ ਸੜਕਾਂ 'ਤੇ ਵੀ ਲੜਦਾ ਦੇਖਿਆ ਹੋਣਾ। ਮੈਂ ਆਪਣੇ ਪੰਜਾਬ ਲਈ, ਮੈਂ ਆਪਣੇ ਲੋਕਾਂ ਲਈ ਹਾਂ। ਇਹ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਸਾਡੇ ਪੰਜਾਬ ਦੇ ਲੋਕਾਂ ਨੂੰ, ਸਾਰਿਆਂ ਨੂੰ। ਭਾਨੇ ਨੇ ਜੋ ਹੰਡਾਇਆ ਪਰਿਵਾਰ ਨੇ ਭੇਜਤਾ, ਜਿੱਥੇ ਭਾਨੇ ਨੇ ਪਰਿਵਾਰ ਸਮੇਤ ਹੰਡਾਇਆ, ਉਹ ਸਿਰਫ ਭਾਨੇ ਨੇ ਨਹੀਂ, ਭਾਨੇ ਦੀਆਂ ਭੈਣਾਂ, ਭਾਨੇ ਦੇ ਪੂਰੇ ਪਰਿਵਾਰ ਨੇ। ਅਸਲ ਦੇ ਵਿੱਚ ਗੱਲ ਭੈਣੇ ਪਤਾ ਕੀ ਹੈ, ਇਹ ਸਾਡੇ ਤਾਂ ਨਾ ਅਸਲ ਦੇ ਵਿੱਚ ਵਿਰਾਸਤ ਦੇ ਵਿੱਚ ਹੀ ਹੈ। ਤੈਨੂੰ ਪਹਿਲਾਂ ਗੱਲ ਦੱਸਾਂ, ਅਸੀਂ ਲਾਦ ਕੀ ਨਹੀਂ ਹੈ, ਅਸੀਂ ਨਾ ਭਾਈ ਕਾ ਪਰਿਵਾਰ ਵੱਜਦੇ ਹਾਂ। ਅਸੀਂ ਭਾਈ ਵੱਲੋਂ ਸਭ ਤੋਂ ਪਹਿਲੋਂ ਹੋਏ ਨੇ, ਭਾਈ ਵੱਲੋਂ ਸਭ ਤੋਂ ਪਹਿਲੋਂ ਅਸੀਂ ਉਸ ਦੀ ਲਾਦ ਹਾਂ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਸਰੋਵਰ ਦੇ ਵਿੱਚ ਸਭ ਤੋਂ ਵੱਡੀ ਸੇਵਾ ਹੈ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਭਾਈ ਵੱਲੋਂ ਬਹਿਲੋਲ ਖਾਂ ਨਾਮ ਸੀਗਾ ਪਹਿਲਾਂ, ਇਸ ਤੋਂ ਬਾਅਦ ਭਾਈ ਵੱਲੋਂ ਸਭ ਤੋਂ ਪਹਿਲਾਂ ਦਾ ਨਾਮ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਮਹਾਰਾਜ ਨੇ ਦਿੱਤਾ ਸੀ। ਅਸੀਂ ਫਿਰ, ਮੇਰਾ ਦਾਦਾ ਨੇ 60 ਸਾਲ ਕਿਸਾਨੀ ਦੇ ਵਿੱਚ ਸੇਵਾ ਕਰੀ, ਸਾਡਾ ਤਾਂ ਘਰ ਹੀ ਇਹੀ ਹੈ। ਸਾਡਾ ਪਰਿਵਾਰ ਤਾਂ ਚਲੋ ਭੈਣਾਂ ਨੂੰ ਦੁੱਖ ਹੋ ਜਾਂਦਾ, ਦਾਦੀ ਨੂੰ ਦੁੱਖ ਹੋ ਜਾਂਦਾ, ਮੇਰੀ ਮਾਂ ਤਾਂ ਹੈ ਨਹੀਂ ਗੀ, ਪਰ ਮੇਰੀਆਂ ਮਾਵਾਂ ਬਹੁਤ ਬਣ ਗਈਆਂ, ਕਿਉਂਕਿ ਉਹਨਾਂ ਨੂੰ ਪਤਾ ਵੀ ਹਨੇ ਹਟਣਾ ਤਾਂ ਹੈ ਨਹੀਂ, ਸਾਡਾ ਤਾਂ ਖੂਨ ਦੇ ਵਿੱਚ ਹੀ ਇਹ ਕੰਮ ਹੈ, ਹੈ ਨਾ। ਮੈਂ ਤਾਂ ਹੁਣ ਦਿਨ ਭਰ ਦਿਨ ਆਪਣੀ ਹਾਜ਼ਰੀ ਮੇਰੀ ਇੱਥੇ ਰਹਿਣੀ, ਪਰਿਵਾਰ ਡੋਲਿਆ ਨਹੀਂ ਸੀ ਉਦੋਂ? ਨਹੀਂ, ਡੋਲ ਤਾਂ ਦੇਖੋ ਡੋਲਣ ਨਾਲ ਤਾਂ ਹੈ ਨਹੀਂ, ਪਰ ਕਈ ਵਾਰੀ ਨਾ ਹੋ ਜਾਂਦਾ। ਭੈਣਾਂ ਮੈਨੂੰ ਬਹੁਤ ਪਿਆਰ ਕਰਦੇ ਨੇ, ਕਿਉਂਕਿ ਮੇਰੀ ਮਾਂ ਨਹੀਂ ਹੈਗੀ, ਉਹ ਕਹਿੰਦੇ ਸਾਡਾ ਸਹਾਰਾ ਤੂੰ ਹੀ ਆ। ਇਸ ਕਰਕੇ ਮੇਰਾ ਭੈਣਾਂ ਨਾਲ ਬਹੁਤ ਪਿਆਰ ਆ, ਹੈ ਨਾ, ਉਹਨਾਂ ਨੂੰ ਹੋ ਜਾਂਦਾ, ਪਰ ਉਹਨਾਂ ਨੂੰ ਮੈਂ ਇਹੀ ਦੱਸਦਾ ਰਿਹਾ ਕਿ ਤੁਸੀਂ ਕੋਈ ਨਾ, ਮੇਰੀ ਇੱਕ ਵਾਰ ਜੇਲ੍ਹ 'ਚੋਂ ਗੱਲ ਹੋਈ ਸੀ ਉਹਨਾਂ ਨਾਲ, ਇੱਕ ਵਾਰ ਗੱਲ ਹੋਈ ਸੀ ਅੰਦਰੋਂ, ਮੈਂ ਕਿਹਾ ਤੁਸੀਂ ਭਾਨੇ ਤੋਂ ਤੁਹਾਡੀਆਂ ਭੈਣਾਂ ਰੋਣ ਲੱਗ ਗਈਆਂ ਮੇਰੇ ਨਾਲ ਦੋਨੇ ਹੀ, ਉਹ ਕੋਈ ਗੱਲ ਨਹੀਂ ਹੈਗੀ। ਕੱਲ ਦੀ ਜੋ ਮੀਟਿੰਗ ਦੇਰ ਰਾਤ ਚੱਲੀ ਹੈ, 5 ਘੰਟੇ ਤੋਂ ਵੱਧ ਉਹ ਮੀਟਿੰਗ ਚੱਲੀ ਹੈ, ਪੰਜਾਬ ਦੇ ਮੁੱਖ ਮੰਤਰੀ ਉਸ ਮੀਟਿੰਗ ਦੇ ਵਿੱਚ ਮੌਜੂਦ ਸੀਗੇ, ਪਿਊਸ਼ ਗੋਇਲ, ਔਰ ਸਿੱਟਾ ਇਹ ਨਿਕਲਿਆ ਸੀਗਾ ਕਿ 4 ਫਸਲਾਂ ਤੇ ਜਿਹੜੀ ਹੈ MSP ਦੇਣ ਦਾ ਪ੍ਰਸਤਾਵ ਰੱਖਿਆ ਗਿਆ ਕੇਂਦਰੀ ਮੰਤਰੀਆਂ ਦੇ ਵੱਲੋਂ। ਉਹਨਾਂ ਇੱਕ ਭੈਣੇ ਡਰਾਮਾ ਜਿਹਾ ਕੀਤਾ ਗਿਆ, 5 ਸਾਲ ਲਈ ਦੇ ਦਾਂਗੇ। ਨਹੀਂ, 5 ਸਾਲ ਨੂੰ ਦੇਣ ਨਾਲੋਂ ਕੋਈ ਠੇਕੇ ਦਿੱਤੀ ਹੋਈ ਜ਼ਮੀਨ ਆ, ਕਿਉਂਕਿ ਦੱਸ ਤੋ ਉਹ ਕਰਦੇ ਨੇ ਵੀ ਅਸੀਂ ਤਾਂ ਕਿਹਾ ਠੇਕਾ ਦੇ ਰਹੇ ਹਾਂ, ਅਸੀਂ ਤੁਹਾਡੇ ਨਾਲ ਕਮਿਟਮੈਂਟ ਕਰ ਰਹੇ ਹਾਂ, ਟੇਬਲ ਤੇ ਬੈਠ ਕੇ ਗੱਲ ਕਰ ਰਹੇ ਹਾਂ। ਅਸੀਂ ਪੰਜਾਬ ਦੇ, ਅਸੀਂ ਕਿਸਾਨ, ਉਹ ਕਿਸਾਨ ਆ ਜਿਹੜਾ ਅਸੀਂ ਪੂਰੇ ਪੰਜਾਬ, ਅਸੀਂ ਪੂਰੀ ਦੁਨੀਆ ਦਾ ਢਿੱਡ ਭਰਦੇ ਹਾਂ। ਤੁਸੀਂ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਨਹੀਂ ਮਾਫ਼ ਕਰ ਸਕਦੇ। ਕਿਸਾਨਾਂ ਦੇ ਮੋਡੀਫਾਈਡ ਟਰੈਕਟਰਾਂ ਤੇ ਬੜੇ ਨਿਸ਼ਾਨੇ ਲਗਾਏ ਜਾ ਰਹੇ ਨੇ ਕਿ ਮੋਡੀਫਾਈਡ ਟਰੈਕਟਰ ਇੱਥੇ ਪਹੁੰਚ ਰਹੇ ਨੇ, ਇਹ ਮੋਡੀਫਾਈ ਕਿਵੇਂ ਹੋ ਰਹੇ ਇੱਥੇ, ਪੈਸਾ ਨਹੀਂ? ਹੁਣ ਇੱਕ ਚੀਜ਼ ਦੇਖ ਪੈਣੇ, ਤੁਸੀਂ ਪੱਤਰਕਾਰ ਆ, ਤੂੰ ਪੜ੍ਹਾਈ ਕਰਕੇ ਪੱਤਰਕਾਰ ਬਣ ਗਈ, ਕਈ ਕੁੜੀਆਂ ਵਿਚਾਰੀਆਂ ਘਰਾਂ ਦੇ ਵਿੱਚ ਬੈਠੀਆਂ ਨੇਗੀਆਂ, ਹੈ ਨਾ। ਹੁਣ ਜੇ ਅਸੀਂ ਮਿਹਨਤਾਂ ਕਰਕੇ ਟਰੈਕਟਰ ਖਰੀਦ ਲਏ, ਅਸੀਂ ਮਿਹਨਤਾਂ ਕਰੀਆਂ ਨੇ, ਕੰਮ ਕਰਕੇ ਕੁਛ ਖਰੀਦਿਆ, ਅਸੀਂ ਕਿਹੜਾ ਕਿਤੋਂ ਖੋ ਕੇ ਲੈ ਕੇ ਆਏ ਹਾਂ?
ਅਸੀਂ ਸਾਡੀ ਮਿਹਨਤੀ ਕੌਮ ਆ, ਅਸੀਂ 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 ਕੌਣ ਆ? ਅਸੀਂ ਪੰਜਾਬੀ, ਅਸੀਂ ਸਾਡੇ ਪੰਜਾਬੀਆਂ ਕਰਕੇ ਪੂਰਾ ਭਾਰਤ ਦੇਸ਼ ਵੱਸਦਾ। ਅਸੀਂ ਅਸਲ ਦੇ ਵਿੱਚ ਅਸੀਂ ਪੂਰੇ ਭਾਰਤ ਦੇ ਮਾਲਕ, ਅਸੀਂ ਪੰਜਾਬੀ ਆ, ਉਹ ਕਿਵੇਂ ਆ? ਕਿਉਂਕਿ ਅਸੀਂ ਅਸੀਂ ਹਰ ਟਾਈਮ ਸਾਨੂੰ ਤਾਂ ਸਾਲ ਕੁ ਬਾਅਦ ਇਹੋ ਜਿਹਾ ਕੁਛ ਚਾਹੀਦਾ। ਅਸੀਂ 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 ਕਿਹੜਾ ਕੋਈ ਅਸੀਂ ਕਿਹੜਾ ਕੁਛ ਕੁਛ ਹੋਰ ਮੰਗ ਰਹੇ ਹਾਂ? ਅਸੀਂ ਆਪਣੇ ਹੱਕ ਹੀ ਮੰਗ ਰਹੇ ਹਾਂ, ਅਸੀਂ ਜ਼ੁਲਮ ਦੇ ਖਿਲਾਫ਼ ਲੜ ਰਹੇ।